ਉਹ ਸ਼ਾਇਰ ਆਂਦਾ ਚੰਨ ਤੇ ਤੇਰਾ ਨਾਂ ਲਿਖਣ ਨੂੰ ਦਿਲ ਚਾਹੁੰਦਾ, ਚੰਨ ਤੇ ਤੇਰਾ ਨਾਂ ਲਿਖਣ ਨੂੰ ਬਾਜਵਾ ਸਾਹਿਬ ਦਿਲ ਤੇ ਚਾਹੁੰਦਾ ਹੈ, ਪਰ ਕੀ ਕਰਾਂ ਖਿਆਲ ਹੀ ਦੁਪਹਿਰ ਨੂੰ ਆਉਂਦਾ, ਇਹਦਾ ਮਤਲਬ ਨਹੀਂ ਚਾਹੁੰਦਾ। ਆਹੋ ਤੇ ਉਦੋਂ ਉਸ ਟਾਈਮ ਚਾਨੀ ਉਬਲ ਕੇ ਹੁਣ ਤੇ ਉਹ ਚੰਦਰਯਾਨ 3 ਟੁਰ ਗਿਆ ਉੱਤੇ, ਤੇ ਉਹ ਜੇ ਮੈਂ ਨਾਮ ਲਿਖਾਵਾਂ ਤੇ ਲਿਖਿਆ ਜਾਏਗਾ, ਇਸਰੋ ਨਾਲ ਗੱਲ ਕਰਨੀ ਪੈਣੀ ਹੈ ਕਿ ਨਾਂ ਲਿਖਾਣਾ ਚੰਨ ਦੇ, ਇੱਥੋਂ ਦਿਸੇਗਾ ਆਪਾਂ ਨੂੰ ਨਹੀਂ, ਵੱਡਾ ਸਾਰਾ ਮਤਲਬ ਲਿਖਣ ਨਾ ਗੁਬਾਰਿਆਂ ਨਾਲ ਬਲੂਨਸ ਦੇ ਨਾਲ ਲਿਖ ਦੇਣ, ਸਮਾਨ ਦੇ ਨੀ ਚੰਨ ਦੇ ਲਿਖਾਣ ਡਿਆ, ਸਮਾਨ ਦੇ ਸਾਰੇ ਲਿਖ ਦੇਣ, ਮੈਂ ਚੰਨ ਦੇ ਡਾਇਰੈਕਟ ਗੱਲ ਇਸਰੋ ਨਾਲ ਮੇਰੀ। ਚਲੋ ਆਪਾਂ ਜਿਹੜਾ ਜੀ ਫਿਲਮ ਵੇਖਣ ਡਏ ਆ ਲੱਕੀ ਦੀ ਅਨਲੱਕੀ ਸਟੋਰੀ ਪੁਆੜਾ ਪੈਣਾ, ਤੇ ਉਸ ਤੋਂ ਪਹਿਲੇ ਇੱਧਰ ਕਿਹੜਾ ਪੁਆੜਾ ਹੈ ਵਿਪੜੀ ਕਮੈਂਟ ਹੈ। ਹਰਮਨ ਹਰਮਨ ਨਵਗਿਲ ਹਰਮਨ ਨਵਗਿਲ ਹਰਮਨ ਨਵਗਿਲ ਚਲੋ ਓਕੇ ਹਰਮਨ ਹਰਮਨਵ ਹਰਮਨਵ ਗਿਲ ਹੋਏਗਾ ਜਾਂ ਹਰਮਨਵ ਹੋਏਗਾ ਜਾਂ ਕਿਵੇਂ ਹਰਮਨਵ ਗਿਲ ਵੀ ਮੇਰਾ ਨਾਮ ਲੋ ਓਕੇ ਹਰਮਨਪ੍ਰੀਤ ਸਿੰਘ ਆਪਣਾ ਕਿਉਂਕਿ ਸਿੰਘ ਹੈ ਤੇ ਵੀਰਾ ਕੌਰ ਹੈ ਤੇ ਭੈਣ ਹੈ ਤੇ ਵੀਰਾ ਇਹਦਾ ਮਤਲਬ ਵੀਰ ਜੀ ਚੜ੍ਹਦੇ ਪੰਜਾਬ ਤੋਂ ਥੈਂਕ ਯੂ ਜੀ ਬਹੁਤ ਸਾਰਾ ਥੈਂਕ ਯੂ ਤੁਹਾਡਾ ਕਿ ਤੁਸੀਂ ਫਸਟ ਵੀਵਰ ਤੁਸੀਂ ਵੇਖਦੇ ਪਏ ਹੋ ਸਾਡੀ ਵੀਡੀਓਜ਼ ਕਿੱਦਾਂ ਲੱਗਣ ਡੀਆਂ ਲਾਈਕ ਕਰਦੇ ਪਏ ਹੋ ਮਜ਼ਾ ਆ ਰਿਹਾ ਕੋਈ ਸੁਜੈਸ਼ਨ ਹੋਵੇ ਤਾਂ ਉਹ ਜ਼ਰੂਰ ਦੱਸਿਆ ਕਰੋ ਬਾਕੀ ਵੀਡੀਓ ਮੈਸੇਜ ਕਰਕੇ ਤੁਸੀਂ ਵੀ ਆਪਣਾ ਪੈਗਾਮ ਜਿਹੜਾ ਦੇ ਸਕਦੇ ਹੋ ਕੋਈ ਵੀਡੀਓ ਆਪਣੀ ਚਲਵਾਉਣੀ ਹੋਏ ਤੇ ਵੀਡੀਓ ਦੇ ਵਿੱਚ ਵੀ ਸਾਨੂੰ ਦੱਸ ਸਕਦੇ ਹੋ ਚਲੋ ਜਿੱਥੋਂ ਫਿਲਮ ਆਪਾਂ ਛੱਡੀ ਸੀ ਉੱਥੇ ਪਲੇ ਕਰਦੇ ਹਾਂ ਜੀ ਰੌਲਾ ਪਾ ਦੂੰਗੀ ਕਿ ਕਤਲ ਤੁਸੀਂ ਕੀਤਾ ਮੈਂ ਕੀ ਕਰ ਰਿਹਾ ਮੈਂ ਕਿਹੜਾ ਪਿੰਡ ਰਿਹਾ ਤੁਸੀਂ ਵੀ ਨਾ ਉਦਾਂ ਹੀ ਸਿਰਤ ਮਰ ਕੇ ਇਹ ਕੌਣ ਸੀ ਏ ਡਿੰਪੀ ਦੀ ਸਾਲੀ ਤੁਸੀਂ ਤਾਂ ਕਹਿੰਦੇ ਸੀ ਡਿੰਪੀ ਦੀ ਵਾਰ ਕੱਲੀ ਕੱਲੀ ਕੁੜੀ ਹੈ ਨਹੀਂ ਨਹੀਂ ਇਹਦੇ ਸਹੁਰੇ ਨੇ ਦੋ ਵਿਆਹ ਕਰਾਏ ਸੀ ਨਾ ਤੁਹਾਨੂੰ ਪਤਾ ਨਹੀਂ ਹੈਗਾ ਦੂਜੀ ਵਾਈਫ ਦੀ ਬੇਟੀ ਸੀ ਇਹ ਦੋ ਵਿਆਹ ਕਿਉਂ ਪਹਿਲੀ ਤਾਂ ਦਾਜ ਘੱਟ ਮਿਲਿਆ ਸੀ ਇਸ ਕਰਕੇ ਉਹਨੇ ਦੂਜਾ ਕਰਾਇਆ ਸੀ ਸਟ੍ਰੇਂਜ ਅੱਛਾ ਭਾਬੀਆਂ ਕਿੱਥੇ ਨੇ ਉਹਨਾਂ ਨੂੰ ਮਿਲਤਾ ਆਵਾਂ ਮੈਂ ਮਿਲਣਾ ਕਿਉਂ ਕਿਉਂ ਮਤਲਬ ਮਤਲਬ ਇੰਨੀ ਦੇਰ ਬਾਅਦ ਆਪਾਂ ਮਿਲੇ ਹਾਂ ਪਹਿਲਾਂ ਆਪਾਂ ਤਾਂ ਕੋਈ ਮਿੱਠੀਆਂ ਮਿੱਠੀਆਂ ਜਿਹੀਆਂ ਗੱਲਾਂ ਕਰ ਲਈਏ ਅਬ ਲਾ ਮੈਂ ਗੱਲ ਚਲੋ ਸਾਲੀ ਨੂੰ ਮੇਰੀ ਸਾਲੀ ਬਣਾਉਣਾ ਸੀ ਉਹ ਤੁਸੀਂ ਸ਼ੁਕਰ ਕਰ ਤੇਰੀ ਭੈਣ ਨਹੀਂ ਬਣਾਈ ਤੁਹਾਡੀ ਭੈਣ ਨੂੰ ਮੇਰੀ ਭੈਣ ਕਿਉਂ ਬਣਾਉਂਦੇ ਹੋ ਹੋਰ ਦੀਪੇ ਬਣਾ ਦਈਏ ਤੁਸੀਂ ਇੰਨੀ ਖੜੀ ਕਰਦੇ ਹੋ ਆ ਲੱਕੀ ਕਿਤੇ ਨਾਲ ਤੁਰਿਆ ਫਿਰਦਾ ਹੈ ਅਬ ਲੱਕੀ ਲੱਕੀ ਦੀ ਨਾ ਫਰੈਂਡ ਹੈ ਫੇਸਬੁੱਕ ਫਰੈਂਡ ਅੱਜ ਤੁਹਾਨੂੰ ਪਤਾ ਨੈਟ ਕੰਮ ਨਹੀਂ ਕਰ ਰਿਹਾ ਫੇਸ ਟੂ ਫੇਸ ਹੀ ਮਿਲਣਾ ਹੈ ਭਾਬੀ ਜੀ ਕੁਛ ਖਾਣ ਵਾਸਤੇ ਲੈ ਕੇ ਆਵਾਂ ਭਾਬੀ ਜੀ ਬੜਾ ਸਿਆਣਾ ਲੱਗਦਾ ਹੈ ਤੇ ਮੈਂ ਤਾਂ ਹੁਣ ਭਾਬੀ ਜੀ ਇਹ ਕਹੂੰਗਾ ਇਹਨਾਂ ਨੂੰ ਗੁੱਡ ਵੈਸੇ ਟੋਟਾ ਕਿਹੋ ਜਿਹਾ ਸੀ ਟੋਟਾ ਲੱਕੀ ਦਾ ਸਾਲਾ ਪੜੇ ਫਿਰੇ ਕੋ ਯਾਰ ਕਿਉਂ ਤੁਹਾਡੇ ਵੱਲ ਭੈਣਾਂ ਨੂੰ ਵੀ ਟੋਟਾ ਕਹਿ ਲੈਂਦੇ ਆ ਇੱਥੇ ਬਹਿ ਜਾਂਦੇ ਆ ਬਹਿ ਜਾ ਬਹਿ ਜਾ ਬਹਿ ਜੀ ਭਾਈ ਸਾਹਿਬ ਹਾਂਜੀ ਲੱਕੀ ਨੂੰ ਚੰਗਾ ਭਲਾ ਪਤਾ ਸੀ ਹਾਂ ਕਿ ਸੀਰਤ ਨੂੰ ਅਸੀਂ ਇੱਥੇ ਬੁਲਾਇਆ ਫਿਰ ਵੀ ਦੂਜੀ ਨੂੰ ਲਈ ਖੋਪਚੇ 'ਚ ਖੜਾ ਦੇਖਦਾ ਸਹੀ ਇਹੋ ਜਿਹੇ ਕਰੈਕਟਰਲੈਸ ਬੰਦੇ ਦਾ ਅਸੀਂ ਰਿਸ਼ਤਾ ਠੀਕ ਕਰਾਉਣ ਚੱਲੀਆਂ ਸੀ ਸਹੀ ਹੁੰਦੀ ਹੈ ਸੀਰਤ ਜ਼ਮਾਨਾ ਕਿਵੇਂ ਦਾ ਆ ਗਿਆ ਹਾਂ ਯਾਰ ਠੀਕ ਅਸੀਂ ਵੀ ਤਾਂ ਇੱਦਾਂ ਦਾ ਟਾਈਮ ਲਗਾਇਆ ਅਸੀਂ ਤਾਂ ਕਦੀ ਨਹੀਂ ਇੱਦਾਂ ਦੀ ਹਰਕਤ ਕੀਤੀ ਮਾਰਿਆ ਨਾ ਕੰਨ ਤੇ ਕੰਨ ਟੀਂਟੀ ਕਰਨ ਲਾ ਦੂੰ ਉਹ ਚੱਲ ਜਾ ਚੱਲ ਜਾ ਤੇਰੇ ਵਰਗੇ ਮੈਂ 32 ਵੇਖੇ ਭਾਈ ਸਾਹਿਬ 4 ਘੱਟ ਦੱਸ ਰਹੇ ਹੋ 32 ਨਹੀਂ 36 ਹੁੰਦੇ ਆ ਨਾ ਹੁਣ ਤੂੰ ਦੱਸੇਗਾ ਮੈਂ ਕਿੰਨੇ ਵੇਖੇ ਆ ਆਪਾਂ ਸਣੇ ਦੇ ਕਹਾਵਤਾਂ ਨੂੰ ਵੀ ਇਗਨੋਰ ਨਹੀਂ ਨਾ ਕਰ ਸਕਦੇ ਸੀਰਤ ਮੈਂ ਸਤਿ ਸ਼੍ਰੀ ਅਕਾਲ ਜੀ ਇੱਕ ਮਿੰਟ ਗੱਲ ਕਰ ਸਕਦਾ ਜੀ ਸੀਰਤ ਤੇਰਾ ਇਹ ਲੱਕੀ ਨਾ ਇੱਥੇ ਵੀ ਦੂਜੀ ਕੁੜੀ ਨੂੰ ਖੋਪਚੇ 'ਚ ਲਈ ਖੜਾ ਸੀ ਮੈਂ ਸਮਝੀ ਨਹੀਂ ਖੋਪਚੇ ਦਾ ਮਤਲਬ ਤਾਂ ਮੈਨੂੰ ਵੀ ਨਹੀਂ ਸਮਝ ਆਇਆ ਖੋਪਚਾ ਤਾਂ ਕੋਨਾ ਹੁੰਦਾ ਹੈ ਪਰ ਮੈਂ ਗੱਲ ਨਹੀਂ ਸਮਝਦਾ ਦੱਸ ਕੇ ਕੀ ਹੋਇਆ ਕੋਈ ਟੈਨਸ਼ਨ ਲੱਗਦਾ ਪੰਗਾ ਪਊ ਯਾਰ ਅਜੇ ਤੱਕ ਤਾਂ ਪਿਆ ਨਹੀਂ ਜੇ ਪੈਨ ਡਰਾਈਵ ਨਹੀਂ ਦਿੱਤੀ ਨਾ ਫਿਰ ਜ਼ਰੂਰ ਪਊ ਭਾਬੀ ਜੀ ਕੀ ਵੇਖਿਆ ਤੁਸੀਂ ਕੀ ਵੇਖਿਆ ਜੋ ਤੂੰ ਵਿਖਾਇਆ ਉਹੀ ਵੇਖਿਆ
मैं समझी नहीं जी तो समझन जोगी होंदी ना ते लोका दे घर ना पड़दी मतलब ओए जा जांदा रे एक गल दस जावा जा रवा नाले जांदा नाले रे तू मेनू हाथ लाके दिखा ए आ ले लाता ए ते कुड़ी है पर गल हाथ दी हुई है ना हाथ लाके दिखा ओ तू मर जाएगा मैं तो तू हाथ लाके दिखा तू लाके दिखा तू ला ओए की करी जाना उधर तेरा जीजा किसे होर नु हाथ लाई जांदा वीर जी अपनी भैन बारे गलत बोलता ना हुण बोल पुत आ गया मेरा वड्डा वीरा ना मैं की बोला हुण तां तू अपने वड्डे भरा नु भी बोलन जोगा नहीं छड्डिया अपनी भैन नु टोटा दसी जांदा है तू चल वीर जी मेनू को कही जाने आही कहंदा मैं थोड़ी क्या टोटा इनू कहन दे एदी केड़ा भैन लगदी है तू नहीं कहना तू चल कोई नहीं पुत मैनू दिखाओ कंबू चल चल ना ऐसे करके बुलाया पार्टी ते केड़े कुत्तियां ने बुलाया तुसी कुत्तियां ने मेहमानो तेरे कान ते इक मैं हुणे लकी नु बुला के ल्यांदी आ बुलाउन क्यों चली आ खोपचे च लेके चली जाना उनू मैं उनू लेके पावे जिथे मर्जी जावा तुसी की लेना ले सिर ते चढ़दी जांदी है तू खड़ इथे जरा ਮੇਰੀ ਮੰਗੇਤਰ ਇੱਥੇ ਆਈ ਹੋਈ ਆ ਤੁਸੀਂ ਪਲੀਜ਼ ਕੇਕ ਕੱਟਣ ਤੱਕ ਖੜ ਜਾਓ ਮੈਂ ਲੇਟ ਹੋ ਜੂ ਨਾ ਲੇਟ ਨੂੰ ਤੁਹਾਡੇ ਤੋਂ ਆਖਰੀ ਬੱਸ ਫੜਨੀ ਹੈ ਸ਼ਟ ਅਪ ਯਾਰ ਕੋਈ ਆਪਣੀ ਬਗਾਨੀ ਕੁੜੀ ਨਾਲ ਇਦਾਂ ਗੱਲ ਕਰਦਾ ਹੁੰਦਾ ਦੇਖੋ ਤੁਹਾਡੇ ਨਾ ਪੈਨ ਡਰਾਈਵ ਵਿੱਚ ਵਾਇਰਸ ਬਹੁਤ ਆ ਗਿਆ ਹੋਇਆ ਤੇ ਅਸੀਂ ਨਾ ਸਕੈਨਿੰਗ ਤੇ ਲਗਾਇਆ ਉਹਨੂੰ ਸਿਰਫ 10 ਮਿੰਟ 10 ਮਿੰਟ ਤਾਂ ਤੇਰਾ ਘਰ ਟੁੱਟ ਜਾਣਾ ਚੱਲ ਮੇਰੇ ਨਾਲ ਲੋ ਕਰ ਲੋ ਕਿਉਂ ਫਰਾਈ ਪੈਨ ਉਹ ਫਰਾਈ ਪੈਨ ਲਈ ਭਾਂਡਾ ਹੁੰਦਾ ਫਰਾਈ ਪੈਨ ਵੀ ਭਾਂਡੇ ਹੁੰਦਾ ਉਹ ਤੁਸੀਂ ਸਾਲਿਓ ਬੱਚਾ ਆਪਦਾ ਜਾ ਪਾਏ ਖੜ ਜਾ ਕਰੋ ਪਰ ਜੱਸੀ ਚੱਲ ਯਾਰ ਪੰਗੇ ਤੇ ਪੰਗਾ ਪਈ ਜਾਂਦਾ ਹੁਣ ਦੱਸ ਸੌਂਕਣੇ ਭਾਬੀ ਜੀ ਮਾਈਂਡ ਯੋਰ ਲੈਂਗੁਏਜ ਆ ਦੇਖ ਲੈ ਐ ਤੈਨੂੰ ਲੱਕੀ ਨਾ ਜਰ ਵੀ ਨਹੀਂ ਸਕਦੀ ਚਿਹਰਾ ਵੀ ਕਿਉਂ ਹਿਲ ਗਈ ਐ ਤੇ ਹਿਲ ਗਈ ਮਸਾ ਲੱਕੀ ਦਾ ਇਹਦੇ ਨਾਲ ਘਰ ਵਸਣ ਲੱਗਿਆ ਵਸ ਲੈਣ ਦੇ ਦੇਣੇ ਘਰ ਵਸਣ ਲੱਗਿਆ ਮੈਂ ਵੀ ਵੇਖਦੀ ਆ ਕਿ ਲੱਕੀ ਇਹਦੇ ਨਾਲ ਘਰ ਕਿਵੇਂ ਵਸਾਉਂਦਾ ਹੈ ਲਾਡੀ ਬਹੁਤ ਹੋ ਗਿਆ ਲੱਕੀ ਚੱਲ ਲਿਆ ਹੁਣ ਮੇਰੀ ਪੈਨ ਡਰਾਈਵ ਬਹੁਤ ਹੋ ਗਿਆ ਲੱਕੀ जो पाबियां चाहदियां ने वो मैं कभी नहीं होन देना तू दोहां दे विच आके खड़ी हो जाया कर चल इथों पाबी तुसी हद पार कर रहे हो हाय हाय तू ते बड़ी हद है ना गल ता दसो बेटा किनिया मिंता करांदे तुसी ताई ता थोड़ी जनानियां दुखी ने एक मिनट खड़ो पाबी जी ओ चलो यार चल के पेन ड्राइव दईए जे किते मेनू घरों कढ़ ते मैं रहूं किते ओ रख ता तेनू मैं लऊं पर चलिए किवें सीरत भड़की होई आ ओ जे साले कोई ऐप की जब पै गया मैं तां कासे जोगा नहीं रहना जे ने अपनी जनानियां नूं दसदा पहला तां कल्ले चप्पू नूं तौरे पैंदे सी हुण चप्पू दे प्यो नूं भी नाल पैणगे तुसीं चल रहे हो कि नहीं कमाल करदी पई यार तू बच्चे वास्ते गिफ्ट की लै गया ना बच्चे दे प्यो नूं भी नाल ले जाणू फिरदी आ यार साला गिफ्ट दा होया गिफ्ट नूं कहे दौरे वाले चप्पू दी मासी लगदी आ जीजा जी ओ इहनूं देखो चुप चुप दो घर वालिया रखी मैं दीदी तुसी लक्की वाला मसला सुलझाता वो तो चला भी गया किथे गया अपनी होण वाली घर वाली दे नाल मैं आवाज भी मारी सी पर रुके ही नहीं जो तुसी सब चाहुंदे हो मैं कदे नहीं होण देना ए पट्टू की कर ओ ताले पट्टू की ओ मेरा तो पट्टिया भी गया ओदे रे पट्टू की मेरा तो पट्टिया भी गया ना छेती दे हुण पेन ड्राइव छेती दो पेन ड्राइव तू सड़े पेन ड्राइव की करनी है ओ मैं कदों मंगी है तू मैं मंगिया तेनू की लगे तू पेन ड्राइव ले जाएगी पेन ड्राइव कड्डो जे पेन ड्राइव मैनू दित्ती मैं सारे लिया कार वाले नु दस देना कि मेरे को होटल चाहिए सी जैके दादा दस इन्हां नु तेरा डैडी की कर सकदा है मेरे डैडी कड़ी बहुत स्वाद बनाते हैं ओए घरेलू नहीं प्रोफेशनल दस मेरे डैडी बंदा बहुत बेस्वादा मारते हैं ते जड़े कतल दे इल्जाम तो तुसी चारे भज्जे फिरदे हो ओदी डैड ने कीता हुण ये सब किया मैं दसदी हां उस दिन जब होटल दे रूम में तुसी मैनु धक्का मार के गए परे मारया कमाल दी गल्ल तू मैनु धक्का मारया किट किटा ਤੁਹਾਡੇ ਜਾਣ ਤੋਂ ਬਾਅਦ ਮੈਂ ਪੈਨ ਡਰਾਈਵ ਵਾਲਾ ਮੋਬਾਈਲ ਫਟਿਆ ਲਿਆ ਤੇ ਮੁਖਤਿਆਰ ਸਿੰਘ ਨੂੰ ਪੈਸਿਆਂ ਲਈ ਫੋਨ ਕਰਨ ਦਾ ਸੋਚਿਆ ਸ਼ੈਫੀ ਮੈਂ ਸੋਚਿਆ ਵੀ ਨਹੀਂ ਸੀ ਤੂੰ ਮੇਰੇ ਨਾਲ ਐ ਕਰੇਂਗੀ ਤੈਨੂੰ ਪੈਨ ਡਰਾਈਵ ਦੇਣ ਵਾਲੀ ਮੈਂ ਸੀ ਪੈਸਿਆਂ ਦੇ ਦੋ ਹਿੱਸੇ ਹੋਣਗੇ ਓਏ ਤੂੰ ਨਹੀਂ
दिन तुसी मेरी मदद दे नाल फोटो खिंचिया ते मैनू धोखा। पेन ड्राइव साड़ी कोल नहीं है। कोई ना, सोच के दसो पेन ड्राइव किहदे कोल है। ठीक है भाई, मैं तुहानू दो ऑप्शन देना। पहली ऑप्शन फोन अ फ्रेंड यूज कर सकते हो। सानू सच्ची नहीं पता पेन ड्राइव किथे आ। सेकंड ऑप्शन शूट अ फ्रेंड। प्लीज डोंट शूट माय फ्रेंड। प्लीज मैनू ना दस की करूं। इत्थे बॉस मैं। Thank you so much. थोड़ा मोटा झगड़ा होया, इतने बड़ी लड़ाई हुई लगती है। शेफी जी, शेफ कितने कुड़ी बाहर तो नहीं दिती। ए सुन के मेनू आइडिया आया। संस्कार करना आया, पेन ड्राइव लो बनाया। प्लीज प्लीज मैनू ना मारियो। मैनू मार के जे तुसी पेन ड्राइव लै भी ली फिर भी तुहानू की मिलना है? होनी तो तुहानू जेल ही है। इत्थे चार बेवकूफ आए ने, वो इस टोमेटो सॉस नू खून समझ बैठे ने, ते सोनिया दी जगह मैनू मरी हुई समझ बैठे ने। जे तुसी मेरा साथ दिओ ते आपा सोनिया दे कतल दा इल्जाम होना ते पा दिए ते पैसे वंड लईए। मोड़ोस ते मैनू काटी विश्वास हुंदा, माड़ी चीज़ नू भी चंगा करके बेचदे ने। ऐतकी मेरे ते विश्वास करो, मैं तुहानू धोखा नहीं दवांगी। छेती करो, इस तो पहला चारो कमरे चाह तुसी डेड बॉडी नू लैके कबर च लुक जाओ। चलो फटाफट बॉडी लपेट दी, मैं सॉस साफ कर लूं। लकी अब बेड थले फोन लपेट, इन्हें भी पालो बैग च। फड़ा 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 लपेटो लपेटो लपेटो, कब जेती करो, कुछ रह ना जावे। ओह नो, पेन ड्राइव मोबाइल च ते मोबाइल मेरे बैग च। बैटरी बैटरी पर्स च। हाय होए, जिन्ने चले मेरे पल्ले जिन्ने चले मेरे पल्ले, ਪਿੱਛੋਂ ਉਹ ਵੀ ਖਲੋ ਕੇ ਨਵੀਆਂ ਗੱਲਾਂ ਸੁਣਨ ਡਿਆ। ਇਹ ਕੌਣ ਹੈ ਹੁਣ? ਉਹੀ ਵਾਲਾ ਵਾਲਾ? ਨਹੀਂ ਉਹ ਤਾਂ ਗੱਲ ਠੀਕ ਹੈ, ਲੇਕਿਨ ਇਹ ਕਿਹਦਾ ਸਾਥੀ ਆ? ਇਹ ਸਾਰੇ ਡਰਾਈਵ ਦੇ ਪਿੱਛੇ ਨੇ, ਸਾਰੇ ਡਰਾਈਵ ਲਾ। ਇਹਦੇ ਹੁਣ ਅਗਲਾ ਆਖਰੀ ਪਾਰਟ ਵੇਖਾਂਗੇ ਤੇ ਪਤਾ ਲੱਗੇਗਾ ਕਿ ਕੌਣ ਕਿਹਦੇ ਪਿੱਛੇ ਆ। ਫਿਲਹਾਲ ਦੇ ਵਿਚਾਰੇ ਸਾਰੇ ਲੱਕੀ ਦੇ ਪਿੱਛੇ ਨੇ ਫਿਲਹਾਲ। ਅਰੇ ਸਾਰੇ ਲੱਕੀ ਅਨਲੱਕੀ ਹੋਇਆ ਪਿਆ ਯਾਰ। ਚਲੋ ਆਖਰੀ ਪਾਰਟ ਜਿਹੜਾ ਉਹ ਵੇਖਦੇ ਹਾਂ ਤੇ ਉੱਥੇ ਕਲੀਅਰ ਹੋ ਜਾਏਗਾ ਫਿਰ ਆਪਾਂ ਨੂੰ ਕਿ ਹੁੰਦਾ ਤੇ ਹੁਣ ਕੀ ਬਣ। ਐਸੀ ਸਟੋਰੀ ਸਾਰੀ ਉਦੋਂ ਹੈ ਨਾ, ਵੇਖੀਏ।
ओके okay.